ਇਹ ਜੀਬੋਗਰੀ ਮਾਮਲਾ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ ਅਤੇ ਸੋਚਣ ਨੂੰ ਮਜਬੂਰ ਹੋ ਜਾਓਗੇ ਕਿ ਅਜਿਹਾ ਸੱਚਮੁੱਚ ਹੁੰਦਾ ਹੋਵੇਗਾ ਕਿ ਨਹੀਂ। ਦੱਸ ਦਈਏ ਕਿ ਅਲੈਕਸ ਦੀ ਜੁਲਾਈ 2020 ਦੇ ਵਿੱਚ ਆਸਟ੍ਰੇਲੀਆ ਵਿੱਚ ਇੱਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਅਲੈਕਸ ਅਤੇ ਅਲੀਡਾ 8 ਸਾਲਾਂ ਤੋਂ ਰਿਸ਼ਤੇ ਵਿੱਚ ਰਹੇ ਸਨ। ਅਲੀਡਾ ਦੇ ਕਹਿਣ ਤੇ ਡਾਕਟਰਾਂ ਨੇ ਤੰਦਰੁਸਤ ਸ਼ੁਕਰਾਣੂ ਨੂੰ ਅਲੈਕਸ ਦੀ ਲਾਸ਼ ਵਿੱਚੋਂ ਕੱਢ ਕੇ ਫ੍ਰੀਜ਼ ਕਰ ਲਿਆ ਸੀ। ਦੋ ਵਾਰੀ ਵਰਲਡ ਸਨੋਬਲ ਚੈਂਪੀਅਨਸ਼ਿਪ ਜਿੱਤਣ ਵਾਲੇ ਵਿੰਟਰ ਓਲੰਪੀਅਨ ਅਲੈਕਸ ਪੁਲੀਨ ਦੀ ਪਿਛਲੇ ਸਾਲ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ। ਹੁਣ ਉਸਦੀ ਪ੍ਰੇਮਿਕਾ ਪੁਲੀਨ ਦੇ ਮੁਰਦਾ ਸਰੀਰ ਤੋਂ ਸ਼ੁਕਰਾਣੂ ਲੈ ਕੇ ਗਰਭਵਤੀ ਹੋ ਗਈ। ਪੁਲੀਨ ਦੀ ਪ੍ਰੇਮਿਕਾ ਅਲੀਡਾ ਵਲੁਗ ਨੇ ਪੁਲੀਨ ਦੀ ਮੌਤ ਤੋਂ 24 ਘੰਟੇ ਬਾਅਦ ਸ਼ੁਕਰਾਣੂ ਇਕੱਤਰ ਕੀਤੇ ਸਨ। ਉਸਦੇ ਬੁਆਏਫ੍ਰੈਂਡ ਦੀ ਮੌਤ ਤੋਂ 1 ਸਾਲ ਬਾਅਦ ਅਲਾਈਟ ਉਹਨਾਂ ਦੇ ਬੱਚੇ ਨੂੰ ਜਨਮ ਦੇਵੇਗੀ। ਅਲੀਡਾ ਦੇ ਕਹਿਣ 'ਤੇ ਡਾਕਟਰਾਂ ਨੇ ਅਲੈਕਸ ਦੀ ਲਾਸ਼ ਤੋਂ ਸਿਹਤਮੰਦ ਸ਼ੁਕਰਾਣੂ ਨੂੰ ਫ੍ਰੀਜ ਕਰ ਲਿਆ ਸੀ। ਅਲੀਡਾ ਸ਼ੁਕਰਾਣੂ ਤੋਂ IVF ਤਕਨੀਕਾਂ ਰਾਹੀਂ ਗਰਭਵਤੀ ਹੋਈ। ਉਸਨੇ ਇੰਸਟਾਗ੍ਰਾਮ 'ਤੇ ਵੀ ਆਪਣੀ ਗਰਭ ਅਵਸਥਾ ਦੀ ਪੁਸ਼ਟੀ ਕੀਤੀ। ਅਲੀਡਾ ਨੇ ਲਿਖਿਆ, ਮੇਰਾ ਬੇਟਾ ਅਕਤੂਬਰ ਵਿੱਚ ਆ ਰਿਹਾ ਹੈ। ਮੈਂ ਅਤੇ ਅਲੈਕਸ ਪਿਛਲੇ ਕੁਝ ਸਾਲਾਂ ਤੋਂ ਬੱਚੇ ਲਈ ਤਿਆਰੀ ਕਰ ਰਹੇ ਸੀ। ਮੇਰੇ ਲਈ ਇਹ ਇੱਕ ਬਹੁਤ ਹੀ ਚੁਣੌਤੀ ਭਰਪੂਰ ਪੜਾ ਰਿਹਾ ਹੈ, ਪਰ ਆਖਿਰਕਾਰ ਮੈਂ ਬਿਹਤਰ ਮਹਿਸੂਸ ਕਰ ਰਹੀ ਹਾਂ। We at GNA University see potential in everyone and everything around us. We drive innovation and entrepreneurship, encourage thought leadership. We are at the forefront of new age digital technology. We are world standard in theory and practice. We are a multicultural network community. We groom competent global citizens to affect positive change around them.